मोगा की, जहां पर मुख्य मार्ग पर गांव बुटरकला के पास में एक भयानक हादसा हुआ है। कहा जा रहा है कि पत्थरों से भरा एक टिप्पर अचानक कार के ऊपर पलट गया। कार में 5 लोग सवार थे। इस दर्दनाक हादसे में 4 लोगों की मौके पर मौत हो गई है, जबकि कार में सवार एक बच्ची सुरक्षित बताई जा रही है। जानकारी के अनुसार कार में सवार लोग हनुमानगढ़ के रहने वाले हैं, जो कि किसी शादी समारोह में शामिल होने के लिए मोगा आए थे। कार में एक नवविवाहित जोड़े के अलावा एक पुरुष, एक महिला, बच्ची सवार थी। ਤੇ ਚਾਰ ਚਾਰ ਫੈਮਿਲੀ ਮੈਂਬਰ ਸੀ, ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ। ਕਾਹਤੇ ਸੀ ਇਹ? I-20 ਗੱਡੀ ਤੇ ਸੀ ਇਹ, ਦੱਸਿਆ ਸਾਨੂੰ। ਤੇ ਹਾਦਸਾ ਕਿਵੇਂ ਵਾਪਰਿਆ? ਇਹ ਹਾਦਸਾ ਜੀ ਮੇਨ ਹਾਈਵੇ ਤੇ ਕ੍ਰੋਸਿੰਗ ਆ ਜੀ, ਜਦੋਂ ਆਪਾਂ ਉਧਰ ਨੂੰ ਜਾਈਦਾ ਤੇ ਉੱਥੇ ਟਿੱਪਰ ਆ ਰਿਹਾ ਸੀਗਾ, ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ। ਉਹਦੇ ਅੱਗੇ ਗੱਡੀ ਆ ਗਈ ਜੀ, ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿੱਪਰ ਉੱਪਰ ਪਲਟ ਗਿਆ ਜੀ। ਕਿੰਨੇ ਜ਼ਖਮੀ? ਇਹ ਚਾਰ, ਇਹ ਚਾਰ ਜਣੇ, 5 ਜਣੇ ਸੀਗੇ ਜੀ, ਇੱਕ ਬੱਚਾ ਬਚ ਗਿਆ ਜੀ। 4 ਪੇਸ਼ੈਂਟ ਇੱਥੇ ਪਹੁੰਚ ਗਏ ਜੀ ਸਿਵਲ ਦੇ ਵਿੱਚ, ਤੇ ਜਿਹੜੇ ਜਿਹੜੇ ਉਹਨਾਂ ਨੂੰ ਛੱਡਿਆ ਟਕਰਾਰ ਦੇ ਦਿੱਤਾ ਗਿਆ ਜੀ। ਹਾਂਜੀ ਹਾਂਜੀ, ਰਾਜਸਥਾਨ ਦੇ ਰਹਿਣ ਵਾਲੇ? ਹਾਂਜੀ, ਇਹ ਰਾਜਸਥਾਨ ਦੇ ਰਹਿਣ ਵਾਲੇ ਜੀ। ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਸੀਗੇ, 4 ਪੇਸ਼ੈਂਟ ਆਏ ਸੀ, ਉਹ ਬਰਾਊਨ ਡੈਡੀ ਆਏ ਨੇ। ਉਹਨਾਂ ਦਾ ਟਿੱਪਰ ਨਾਲ ਐਕਸੀਡੈਂਟ ਹੋ ਗਿਆ ਸੀਗਾ। ਰਾਜਸਥਾਨ ਦੀ ਫੈਮਿਲੀ ਸੀਗੀ ਅਤੇ ਬੁਟਰਾਲਾ ਰੋਡ ਦੇ ਇੱਧਰ ਸਾਈਡ 'ਤੇ ਉਹ ਉਹਨਾਂ ਦਾ ਐਕਸੀਡੈਂਟ ਹੋ ਰਿਹਾ ਟਿੱਪਰ ਨਾਲ। ਅਤੇ ਜਿਹ 'ਚ ਇੱਕ ਬੱਚੀ ਆ, ਉਹਦਾ ਬਚਾਅ ਹੋ ਗਿਆ, ਉਹ ਜ਼ਖਮੀ ਹਾਲਤ 'ਚ ਹੈ। ਬਾਕੀ ਸਾਡੇ ਕੋਲ ਚਾਰੋਂ ਇੱਕ ਹੀ ਪਰਿਵਾਰ ਦੇ ਫੈਮਿਲੀ ਸੀਗੀ, ਜਿਹਦੇ ਤੋਂ ਮੌਤ ਹੋ ਗਈ ਉਹਨਾਂ ਦੀ। ਕਿੰਨੀ ਉਮਰ ਹੋਏਗੀ? ਜੈਂਡਰ ਕੀ ਹੈ? ਕਿਹੜਾ ਜੈਂਡਰ ਹੈ ਸਰ? ਸਾਡੇ ਕੋਲ ਇੱਕ ਤਾਂ ਸੁਖਾਵਤ ਸਿੰਘ ਹੈਗਾ, ਇੱਕ ਲਵਪ੍ਰੀਤ ਕੌਰ ਹੈ, ਇੱਕ ਕਰਮਨ ਸਿੰਘ ਹੈ ਅਤੇ ਇੱਕ ਮਨਜੀਤ ਕੌਰ ਹੈ ਜੀ। ਦੋ ਮੇਲ ਹੈ, ਦੋ ਫੀਮੇਲ ਹੈਗੀ। ਚਾਰ ਇੱਕੋ ਫੈਮਿਲੀ ਦੇ? ਹਾਂਜੀ, ਚਾਰ ਇੱਕੋ ਫੈਮਿਲੀ ਦੇ। ਔਰ ਬੱਚੀ ਦੀ ਕੰਡੀਸ਼ਨ ਕੀ ਹੈ? ਬੱਚੀ ਦੀ ਕੰਡੀਸ਼ਨ ਠੀਕ ਹੈ ਜੀ, ਕੋਈ ਜ਼ਿਆਦਾ। ਉਮਰ ਕਿੰਨੀ ਹੋਊਗੀ? ਬੱਚੀ ਦੀ ਉਮਰ ਕਿੰਨੀ ਸੀ? 5 ਸਾਲ ਹੀ ਹੈ ਜੀ ਬੱਚੀ।